ਬਰਨਾਲਾ ਚ 1158 ਅਸਿਸਟੈਂਟ ਪ੍ਰੋਫੈਸਰ ਅਤੇ ਲਾਇਬ੍ਰੇਰੀਅਨ ਮੋਰਚੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੂਬਾ ਪੱਧਰੀ ਪ੍ਰਦਰਸ਼ਨ ਕੀਤਾ ਗਿਆ, ਜਿਸ ਵਿੱਚ ਪੰਜਾਬ ਦੇ ਵੱਖ ਵੱਖ ਖੇਤਰਾਂ ਦੇ 200 ਤੋਂ ਵੱਧ ਅਸਿਸਟੈਂਟ ਪ੍ਰੋਫੈਸਰ ਉਮੀਦਵਾਰਾਂ ਦੀ ਸ਼ਮੂਲੀਅਤ ਕੀਤੀ। ਸੂਬਾ ਕੋਆਰਡੀਨੇਟਰ ਫਰੰਟ ਨੇ ਦੱਸਿਆ ਹੈ ਕਿ 1158 ਅਸਿਸਟੈਂਟ ਪ੍ਰੋਫੈਸਰ ਅਤੇ ਲਾਇਬ੍ਰੇਰੀਅਨ ਦੀ ਭਰਤੀ ਪਿਛਲੇ 5 ਮਹੀਨੇ ਤੋਂ ਮਾਨਯੋਗ ਹਾਈਕੋਰਟ ਦੀ ਸਟੇਅ ਕਾਰਨ ਲਟਕ ਰਹੀਆਂ ਨੇ। 25 ਸਾਲਾਂ ਦੇ ਲੰਮੇ ਅਰਸੇ ਬਾਅਦ ਕਾਂਗਰਸ ਸਰਕਾਰ ਦੇ ਸਮੇਂ ਸਰਕਾਰੀ ਕਾਲਜਾਂ ਦੇ ਵਿੱਚ ਅਸਿਸਟੈਂਟ ਪ੍ਰੋਫੈਸਰਾਂ ਦੀ ਭਰਤੀ ਆਈ ਸੀ। ਉਹ ਭਰਤੀ ਦੇ ਦੌਰਾਨ ਉਮੀਦਵਾਰਾਂ ਨੇ ਟੈਸਟ ਦਿੱਤਾ, ਉਹਨਾਂ ਦੀਆਂ ਸਕਰੂਟਨੀਆਂ ਹੋਈਆਂ, ਨਿਯੁਕਤੀ ਪੱਤਰ ਵੀ ਮਿਲੇ ਅਤੇ ਕੁਝ ਸਾਥੀ ਸਾਡੇ ਜਿਹੜੇ ਉਹ ਕਾਲਜਾਂ ਦੇ ਵਿੱਚ ਜੁਆਇਨ ਵੀ ਕਰ ਗਏ, ਪਰ ਇਸੇ ਦੌਰਾਨ ਉਸ ਭਰਤੀ 'ਤੇ ਸਟੇਅ ਲੱਗ ਗਿਆ ਅਤੇ ਬਾਕੀ ਸਾਥੀ ਨੇ ਜਿਹੜੇ ਉਹ ਨਿਯੁਕਤੀ ਪੱਤਰ ਲੈਣ ਦੇ ਬਾਵਜੂਦ ਕਾਲਜ ਜੁਆਇਨ ਨਹੀਂ ਕਰ ਸਕੇ ਅਤੇ ਪਿਛਲੇ 6 ਮਹੀਨਿਆਂ ਤੋਂ ਲਗਾਤਾਰ ਜਿਹੜਾ ਇਹ ਸਟੇਅ ਆ ਉਹ ਬਰਕਰਾਰ ਆ ਅਤੇ ਜਿਹੜੇ ਉਮੀਦਵਾਰ ਆ ਉਹਨਾਂ ਨੂੰ ਆਪਦਾ ਭਵਿੱਖ ਹਨੇਰੇ 'ਚ ਨਜ਼ਰ ਆ ਰਿਹਾ। ਨਿਯੁਕਤੀ ਪੱਤਰ ਦਿੰਦੇ ਸਮੇਂ ਉਹਨਾਂ ਨੇ ਪੁਰਾਣੀਆਂ ਨੌਕਰੀਆਂ ਤੋਂ ਅਸਤੀਫੇ ਦਿੱਤੇ ਨੇ, ਨਾ ਉਹਨਾਂ ਨੂੰ ਪਿਛਲੇ ਜਿਹੜੇ ਆਮਦਨ ਦੇ ਵਸੀਲੇ ਸੀ ਉਹ ਵੀ ਬੰਦ ਹੋ ਗਏ ਨੇ ਅਤੇ ਕਾਲਜਾਂ ਜੁਆਇਨ ਨਾ ਕਰਨ ਕਰਕੇ ਨਾ ਉਹਨਾਂ ਨੂੰ ਤਨਖਾਹ ਮਿਲ ਰਹੀ ਆ ਅਤੇ ਇਹ ਜਿਹੜੇ ਅਸੀਂ ਉੱਚ ਯੋਗਤਾ ਪ੍ਰਾਪਤ ਨੌਜਵਾਨ ਜਿਨ੍ਹਾਂ ਨੇ ਟੈਸਟ ਕਲੀਅਰ ਕੀਤੇ ਨੇ ਜਿਹੜੇ ਸਿਲੈਕਟ ਹੋਏ ਨੇ ਉਹ ਮਤਲਬ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਆ। ਅੱਜ ਅਸੀਂ ਸਰਕਾਰ ਦੁਆਰਾ ਵਰਤੀ ਜਾ ਰਹੀ ਜਿਹੜੀ ਢਿੱਲ ਮੱਠ ਹੈ ਇਸ ਭਰਤੀ ਦੇ ਪ੍ਰਤੀ, 1158 ਅਸਿਸਟੈਂਟ ਪ੍ਰੋਫੈਸਰ ਤੇ ਲਾਇਬ੍ਰੇਰੀਅਨਸ ਦੀ ਭਰਤੀ ਦੇ ਪ੍ਰਤੀ, ਉਹਦੇ ਜਿਹੜੇ ਹੱਕ ਦੇ ਵਿੱਚ ਇੱਥੇ ਇਕੱਠੇ ਹੋਏ ਆ, ਅਸੀਂ ਗੱਲ ਕਰਨੀ ਚਾਹੁੰਦੇ ਆ ਸਿੱਖਿਆ ਮੰਤਰੀ ਜੀ ਦੇ ਨਾਲ, ਮੁੱਖ ਮੰਤਰੀ ਜੀ ਦੇ ਨਾਲ ਕਿ ਉਹ ਸਾਨੂੰ ਮੀਟਿੰਗ ਦਾ ਸਮਾਂ ਦੇਣ। ਪੰਜਾਬ ਤੇ ਪੰਜਾਬੀਅਤ ਦਾ ਪਰਛਾਵਾਂ, ਪੰਜਾਬੀ ਸਾਡੀਆਂ ਬਾਵਾਂ, ABP ਸਾਂਝਾ। ਹੁਣ ਦੇਖੋ ਆਪਣੇ ਟੀਵੀ ਸਕਰੀਨ ਤੇ ਡਾਟਾ ਪਲੇ ਚੈਨਲ ਨੰਬਰ 1939 ਤੇ। ABP ਸਾਂਝਾ ਦੇਖਣ ਲਈ ਆਪਣੇ ਕੇਬਲ ਆਪਰੇਟਰ ਨੂੰ ਅੱਜ ਹੀ ਸੰਪਰਕ ਕਰੋ। ABP ਸਾਂਝਾ, ਜੋਸ਼, ਜਜ਼ਬਾ, ਜਨੂੰਨ।